ਹਾਂਜੀ, ਮੇਰਾ ਨਾਮ ਅਮਤਾ ਹੈ। ਮੈਂ ਸੁਲਤਾਨ ਰੋਡ ਕਿੱਤੇ ਵਿੱਚ ਰਹਿੰਦੀ ਹਾਂ, 6 ਨੰਬਰ ਗਲੀ, ਕੋਟ ਬਾਬਾ ਦੀਪ ਸਿੰਘ। ਝਗੜਾ ਸਾਡਾ ਐਵੇਂ ਸੀਗਾ ਕਿ ਸਾਡੇ ਦੋਨਾਂ ਮੀਆਂ ਬੀਬੀ ਦੇ ਵਿੱਚ ਥੋੜ੍ਹਾ ਬਹੁਤਾ ਲੜਾਈ ਹੁੰਦੀ ਪਈ ਸੀਗੀ। ਉਹ ਥੋੜ੍ਹਾ ਡਿਪਰੈਸ਼ਨ ਦੇ ਮਰੀਜ਼ ਹੈਗੇ ਆ, ਅਤੇ ਉਹਨਾਂ ਨੇ ਜਿੱਦਾਂ ਕਿ ਮੈਨੂੰ ਗਾਲਾਂ, ਮੇਰੇ ਨਾਲ ਲੜਾਈ ਹੋਣ ਦੀ ਸੀਗੀ। ਫਿਰ ਗਲੀ ਗਵਾਂਢ ਵਾਲਿਆਂ ਨੂੰ ਲੱਗਿਆ ਕਿ ਮੇਰੇ ਨਾਲ ਸਾਨੂੰ ਗਾਲਾਂ ਕੱਢਣ ਦਿਆ, ਪਰ ਉਹਨਾਂ ਨੂੰ ਗਾਲਾਂ ਨਹੀਂ ਕੱਢਣ ਦੇ ਸੀਗੇ। ਫਿਰ ਉਹ ਉਹਨਾਂ ਨੂੰ ਕੁੱਟਣ ਵਾਸਤੇ ਆ ਗਏ, ਪਹਿਲਾਂ ਅੰਦਰ ਆਣ ਕੇ ਕੁੱਟਿਆ, ਬਾਅਦ ਵਿੱਚ 15 ਮਿੰਟਾਂ ਬਾਅਦ ਫਿਰ ਸਾਹਮਣੇ ਵਾਲੇ ਦੇ ਮੁੰਡੇ ਆ ਗਏ, ਡਰਿੰਕ ਕੀਤੀ ਸੀਗੀ ਉਹਨਾਂ ਨੇ, ਅਤੇ ਡਰਿੰਕ ਕਰਕੇ ਫਿਰ ਨਾਲ ਦੇ ਘਰ ਕੰਧ ਟੱਪ ਗਏ, ਅਤੇ ਫਿਰ ਇਹਨਾਂ ਨੂੰ ਆਣ ਕੇ ਮਾਰਿਆ, ਬਹੁਤ ਗੰਦੇ ਤਰੀਕੇ ਨਾਲ ਮਾਰਿਆ। ਹੁਣ ਹੋਸਪਿਟਲ ਦੇ ਵਿੱਚ ਉਹਨਾਂ ਦੀ ਜਿਹੜੀ ਕੰਡੀਸ਼ਨ, ਉਹ ਡਾਕਟਰ ਦੱਸ ਰਹੇ ਉਹਨਾਂ ਦੀ ਬਹੁਤ ਮਾੜੀ ਹੈਗੀ ਆ। ਡਿਪਰੈਸ਼ਨ ਜ਼ਿਆਦਾ ਨਹੀਂ, ਬਸ ਦੋ ਸਾਲ ਹੀ ਹੋਏ ਹਲੇ। ਨਹੀਂ ਨਹੀਂ ਕਦੇ ਨਹੀਂ, ਘਰ ਮੁਹੱਲੇ ਵਾਲਿਆਂ ਪੁੱਛਿਆ ਜਾਵੇ, ਕਿਉਂਕਿ ਕਦੇ ਉਹਨਾਂ ਨੇ ਅੱਜ ਤੱਕ ਕਦੀ ਕਿਸੇ ਨਾਲ ਬਦਤਮੀਜ਼ੀ ਨਹੀਂ ਕੀਤੀ। ਸਿਰਫ ਉਹਨਾਂ ਨੇ ਜੋ ਵੀ ਲੜਾਈ ਸੀਗੀ ਮੇਰੀ ਆਪਸ ਦੇ ਵਿੱਚ ਹੈਗੀ ਸੀ, ਗਲੀ ਗਵਾਂਢ ਨਾਲ ਕੋਈ ਗੱਲ ਨਹੀਂ ਸੀਗੀ ਉਹਨਾਂ ਦੀ। ਸਾਡੇ ਘਰ ਇੱਦਾਂ ਵੜੇ ਕਿ ਉਹ ਨਾਲ ਦਾ ਸਾਡੇ ਘਰ ਕੰਧ ਸਾਂਝੀ ਗਈ ਆ, ਉਹਨਾਂ ਦੇ ਦਰਵਾਜ਼ੇ ਥਾਣੀ ਹੋ ਕੇ ਅਤੇ ਉੱਪਰ ਆਏ ਧੂੜ ਕੋਠੇ ਦੇ। ਹਾਂਜੀ ਹਾਂਜੀ, ਕੰਪਲੇਂਟ ਕੀਤੀ ਸੀਗੀ। 112 ਨੰਬਰ 'ਤੇ ਮੈਂ ਕਾਲ ਕਰੀ ਸੀਗੀ, ਪੁਲਿਸ ਆਈ ਸੀਗੀ, ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਥਾਣੇ ਜਾਣ ਵਾਸਤੇ ਕਿਹਾ ਸੀ ਵੀ ਇੱਥੇ ਜਾਓ ਅਤੇ ਆਪਣੀ ਕੰਪਲੇਂਟ ਲਿਖਾਇਓ। ਕਾਰਵਾਈ ਹਾਲੇ ਤਾਂ ਸਾਡੀ ਕੋਈ ਵੀ ਨਹੀਂ ਕੀਤੀ, ਕਾਰਵਾਈ ਸਾਡੀ ਕੋਈ ਵੀ ਨਹੀਂ ਹੋਈ, ਉਹਨਾਂ ਦਾ ਕੋਈ ਐਕਸ਼ਨ ਨਹੀਂ ਲਿਆ। ਅਤੇ ਹਾਂਜੀ, ਇਲਾਜ ਚੱਲ ਰਿਹਾ, ਕੰਡੀਸ਼ਨ ਬਹੁਤ ਮਾੜੀ ਹੈਗੀ ਆ, ਅਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਹਾਲੇ ਕਹਿੰਦੇ ਕਿ ਜਵਾਬ ਦਿੱਤਾ ਹੋਇਆ ਵੀ ਮਤਲਬ ਸੱਟਾਂ ਵਗੈਰਾ ਬਹੁਤ ਜ਼ਿਆਦਾ ਲੱਗੀ। ਜ਼ਿੰਮੇਵਾਰ ਇਹੀ ਜਿਹੜੇ 3 ਜਾਣੇ ਸਾਹਮਣੇ ਘਰ ਵਾਲੇ ਜਿਹੜੇ ਗਏ ਉਹਨਾਂ ਦੇ ਉਹ ਹੋਣਗੇ, ਕਿਉਂਕਿ ਉਹਨਾਂ ਨੇ ਆਣ ਕੇ ਜ਼ਿਆਦਾ ਮਾਰਿਆ। ਮੈਂ ਪੁਲਿਸ ਪ੍ਰਸ਼ਾਸਨ 'ਤੇ ਇਹੀ ਮੈਂ ਅਪੀਲ ਕਰਦੀ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਇਹਨਾਂ ਦੇ ਬਣਦੀ ਕਾਨੂੰਨੀ ਜਿਹੜੀ ਕਾਰਵਾਈ ਕੀਤੀ ਜਾਵੇ। ਮਾਮਲਾ ਵੀ ਆਪਣਾ ਜਸਦੇਵ ਸਿੰਘ ਹੈ, ਸਾਨੂੰ ਰਣਜੀਤ ਸਿੰਘ ਵਾਸੀ ਕੋਟ ਬਾਬਾ ਦੀਪ ਸਿੰਘ, ਗਲੀ ਨੰਬਰ 6, ਮਕਾਨ ਨੰਬਰ 25-34 ਦੇ ਰਹਿਣ ਵਾਲਾ। ਇਹਦੇ ਨਾਲ ਮਤਲਬ ਪੱਪਲੂ ਨਾਂ ਦਾ ਮੁੰਡਾ, ਉਹਦੇ ਨਾਲ ਇਹਦਾ ਮੁੰਡਾ ਜਿਹੜਾ ਪੱਪਲੂ ਆ ਇਹਦਾ ਗਵਾਂਢੀ ਆ, ਅਤੇ ਇਹਦੇ ਨਾਲ 2-3 ਬੰਦੇ ਨਾਲ ਹੋਰ ਆ, ਅਤੇ ਇਹਨਾਂ ਨਾਲ ਰਲ ਕੇ ਤੇਰੇ ਨਾਲ ਕੁੱਟਮਾਰ ਕੀਤੀ ਆ, ਜੋ ਕਿ ਉਪਲ ਹਸਪਤਾਲ ਵਿੱਚ ਜੀਰੇ ਇਲਾਜ ਲਈ ਦਾਖਲ ਆ, ਜੋ ਇਹਦਾ ਬਿਆਨ ਹਾਸਲ ਕਰਨ ਲਈ ਗਏ ਹਾਂ, ਅਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਅੰਡ ਪਿੰਡ ਦੱਸਿਆ ਵੀ ਅਜੇ ਠੀਕ ਨਹੀਂ ਹੈਗੇ। ਪਰਿਵਾਰ ਵੱਲੋਂ ਕਹੇ ਕਾਫੀ ਦਿਨ ਹੋ ਗਏ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਤੋ ਉਹ ਅਸੀਂ ਬਿਆਨ ਲੈਣ ਵਾਸਤੇ ਗਏ ਹਾਂ, ਜੇ ਬਿਆਨ ਲੈਣ ਲੈ ਕੇ ਉਹਦੇ ਜੋ ਵੀ ਹੈਗੀ ਆ, ਅਤੇ ਉਹ ਡਾਕਟਰ ਸਾਹਿਬ ਕਹਿੰਦੇ ਵੀ 1-2 ਦਿਨਾਂ ਤੱਕ ਤੁਹਾਨੂੰ ਹੀ ਮਤਲਬ ਇੰਨਾ ਠੀਕ ਹੋਣਾ, ਅਤੇ ਬਿਆਨ ਜਿਹੜੇ ਦਵਾ ਦਾਂਗੇ, ਅਤੇ ਜੋ ਵੀ ਬਿਆਨ ਲਵਾਂਗੇ ਅਤੇ ਜੋ ਵੀ ਬਣਦੀ ਕਾਨੂੰਨੀ ਕਰ ਦਿੰਦੇ।